ਡੀਡੀ ਵਨ ਜਦੋਂ ਸਟਾਰਟ ਹੋਇਆ ਸੀ, ਅਸੀਂ ਤਿੰਨਾਂ ਮਾਵਾਂ ਧੀਆਂ ਨੇ ਇਹ ਪਹਿਲਾ ਗੀਤ ਉੱਥੇ ਗਾਇਆ ਸੀ। ਕਿਉਂਕਿ ਪੀਰਾਂ ਫਕੀਰਾਂ ਦੀ ਮਿਹਰ ਦੇ ਨਾਲ ਜਦੋਂ ਜਲੰਧਰ ਦਾ ਟੀ ਵੀ ਸਟਾਰਟ ਹੋਇਆ ਸੀ, ਉਸ ਦਿਨ ਵੀ ਮੈਂ ਪਹਿਲਾ ਗੀਤ ਗਾਇਆ ਸੀ। ਕੌਣ ਜੁਗਨੀ? ਜਿੱਦਣ ਜਲੰਧਰ ਟੀ ਵੀ ਚਾਲੂ ਹੋਇਆ ਉਸ ਦਿਨ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਗੁਰਮੀਤ ਬਾਵਾ ਨੇ ਪਹਿਲਾ ਗੀਤ ਜੋ ਕਿਸੇ ਨੇ ਗਾਇਆ ਉਹ ਗੁਰਮੀਤ ਬਾਵਾ ਸੀ ਅਤੇ ਪਹਿਲਾ ਗੀਤ ਸੀ ਜੁਗਨੀ। ਆਓ ਜੀ ਹੁਣ ਸੁਣਾਓ। ਤਾਨੂੰ ਤੇ ਪਾਇਆ ਕੋਠੜੀਆਂ ਵੇ ਤਾਨੂੰ ਰੱਖੀਆਂ ਮੇਰਾ ਵੇ ਤਾਨੂੰ ਰੱਖੀਆਂ ਵੇੜਾ ਨੌਕੀਆਂ ਤਾਨੂੰ ਤੇ ਪਾਇਆ ਤੇਰੇ ਤੇ ਵਸਣ ਨੂੰ ਕੋਠੀਆਂ ਨੀ ਨੀ ਤੇਰੇ ਕੱਤਣੇ ਨੂੰ ਵੇੜਾ ਨੀ ਤੇਰੇ ਕੱਤਣੇ ਨੂੰ ਵੇੜਾ ਗੋਰੀ ਤੇਰੇ ਤੇ ਵਸਣ ਨੂੰ ਕੋਠੜੀਆਂ ਨੀ ਤੇਰੇ ਕੱਤਣੇ ਚੱਲਿਆ ਨੌਕਰੀ ਤੂੰ ਤੇ ਚੱਲਿਆ ਨੌਕਰੀ ਵੇ ਪਿੱਛੇ ਵਸੂਗਾ ਕਿਹੜਾ ਵੇ ਪਿੱਛੇ ਵਸੂਗਾ ਕਿਹੜਾ ਨੌਕਰਾ ਆਈ ਜੂ ਮੇਰਾ ਨੀ ਛੋਟਾ ਆਈ ਜੂ ਮੇਰਾ ਗੋਰੀ